सत श्री अकाल भाई जी, एक बार फिर तो जुड़िया थोड़े नाल। जिवें कि कहिंदे ने भाई बंदा काम करने वाला होना चाहिए है ना, तो कहना मर्जी पैसा कमा लो, अगर बंदा मेहनती है तो उहदे वास्ते मंजिल दूर नहीं। जिवें जिवें टेक्नोलॉजी वधिया उवें उवें बाजार दे विच कई चीज़ां आईयां ने, तो लोगों का कामकार करन दा तरीका भी बदलिया। तो आपां खड़े हां इस टाइम पटियाले भाखड़ा नहर दे लवे पेट्रोल पंप है, यह एच पी का पेट्रोल पंप है। इत्थे वीर खड़दा खाण पीण वाला समान दी फूड ट्रक, जिस तरह के तुसी नाम देख रहे हो, तो काफ़ी बार बई लवे रुके मैं, चलो अज आप दिखाने कि बई मेहनती बहुत है, तो किस तरह बई ने यह कम सैट करया, कैनी क बई की कमाई है इस समय। यह एक लोगों प्रेरित करने वास्ते वीडियो बना रहा, इदा लगा लो पहले तो ट्रक देखो तुम बई का। मैं बई न हस के हटाया, मैं तेरा कि रोंग टर्न वाला ट्रक हों, रोंग टर्न फिल्म के बच्चा उदा का बई ने ट्रक तैयार करवाया होया। तो गलबात करते हैं बई होर तो पुछते हैं बई न कि आखिर की बनाते हैं, तो किमें सोचा उन्होंने कि सड़क के किनारे खड़ के पीज़ा बर्गर लोगों को खवाया जाना है ना। तो बई होर गलबात करते हैं। सत श्री अकाल बई जी। मेरे सब तो पहले नाम दस दो, की नाम आम? रोहित करके जी। तो कितने के रहने वाले हो? बई अपना नाली पिंड है वजीदपुर। अच्छा अच्छा भी रोहित, ऐ दसो इस काम के किमें जुड़े, कदों तो जुड़े इस काम के, किमें मतलब हुंगारा मिले लोगों का? ਭਾਜੀ ਐਕਚੁਲੀ ਪਹਿਲਾਂ ਮੈਂ ਪਲੱਸ ਟੂ ਤੋਂ ਬਾਅਦ ਰੈਸਟੋਰੈਂਟ 'ਚ ਕੰਮ ਕਰਦਾ ਸੀ ਡੋਮੀਨੋਜ਼ 'ਚ, ਅਤੇ ਮੈਂ 7 ਸਾਲ ਜੋਬ ਕੀਤੀ ਹੈ ਮੈਨੇਜਰ ਦੀ ਜੋਬ ਛੱਡ ਕੇ ਆਇਆ ਉੱਥੋਂ ਮੈਂ ਡੋਮੀਨੋਜ਼ ਦੇ ਵਿੱਚ। ਹਾਂਜੀ ਭਾਜੀ। ਅੱਛਾ ਭਾਜੀ। ਅਤੇ ਉਸ ਤੋਂ ਬਾਅਦ ਮਤਲਬ ਕਿ ਫਿਰ ਆਪਾਂ ਆਪਣਾ ਇਹ ਕੰਮ ਕੀਤਾ ਤਾਂ ਫੂਡ ਟਰੱਕ ਓਪਨ ਕੀਤਾ ਸੀ ਆਪਾਂ ਨੇ, ਅਤੇ ਨਾਲ ਸਟੱਡੀ ਕੀਤੀ ਹੈ, ਬੀ ਕੌਮ ਕੀਤੀ, ਐਮ ਬੀ ਏ ਕਰ ਰਹੇ ਹਾਂ ਜੀ। ਕੀ ਬਾਤ ਹੈ ਭਾਈ ਯਾਰ। ਹਾਂਜੀ। ਅਤੇ ਇਹ ਫਿਰ ਕਿਵੇਂ ਡੋਮੀਨੋਜ਼ ਦੇ ਵਿੱਚ ਨੌਕਰੀ ਕਰਕੇ ਉਹਨਾਂ ਦਾ ਤਜਰਬਾ ਤਾਂ ਹੈਗਾ ਨਾ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਬਾਈ ਪੀਜ਼ਾ ਬਣਾ ਰਿਹਾ, ਬਟ ਕਰ ਰਿਹਾ ਪੀਜ਼ੇ ਦੇ, ਅਗਰ ਲੰਘੋ ਤੁਸੀਂ ਕਦੇ ਪਟਿਆਲਾ ਤੋਂ ਜਾਓ ਬਠਿੰਡਾ ਤਾਂ ਜ਼ਰੂਰ ਖੜ ਕੇ ਜਾਓ, ਪੀਜ਼ਾ ਦੇਖੋ ਬਾਈ ਦੇ ਬਣਾਉਣ ਦਾ ਤਰੀਕਾ ਆਮ ਤੁਸੀਂ ਦੇਖਦੇ ਹੋਵੋਗੇ, ਵੀ ਡੋਮੀਨੋਜ਼ ਵਗੈਰਾ ਵਗੈਰਾ ਦੇ ਵਿੱਚ ਤਾਂ ਹੀ ਇਹ ਚੀਜ਼ਾਂ ਮਿਲ ਜਾਣਗੀਆਂ, ਪਰ ਆਮ ਤੁਹਾਨੂੰ ਇਹ ਚੀਜ਼ਾਂ ਇਹੋ ਜਿਹਾ ਟੇਸਟ ਆ ਜਿਹੜਾ ਦੇਖਣ ਨੂੰ ਨਹੀਂ ਮਿਲੂਗਾ। ਅੱਛਾ ਰੋਹਿਤ ਬਾਈ, ਇਹ ਕੰਮ ਨਾਲ ਜੁੜੇ ਨੂੰ ਕਿੰਨਾ ਕੁ ਟਾਈਮ ਹੋਇਆ? ਭਾਜੀ ਆਪਾਂ ਨੂੰ ਆਪਣਾ ਓਪਨ ਕੀਤੇ ਨੂੰ ਸਾਲ ਹੋਇਆ ਹਾਲੇ, ਅਤੇ ਬਾਕੀ ਆਪਾਂ ਨੂੰ ਮਤਲਬ ਕਿ 8-9 ਸਾਲ ਐਕਸਪੀਰੀਅੰਸ ਹੈਗਾ, ਆਪਾਂ ਰੈਸਟੋਰੈਂਟ 'ਚ 8-9 ਸਾਲ ਕੰਮ ਕੀਤਾ ਹੋਇਆ। ਪਹਿਲਾਂ ਐਕਚੁਲੀ ਮੈਂ ਡਿਲੀਵਰੀ ਕਰਦਾ ਸੀ ਡੋਮੀਨੋਜ਼ ਦੇ ਵਿੱਚ, ਅਤੇ ਆਪਾਂ ਮਤਲਬ ਕਿ 3-4 ਸਾਲ ਡਿਲੀਵਰੀ ਕੀਤੀ, ਫਿਰ ਆਪਾਂ ਮੈਨੇਜਰ ਦੀ ਪੋਸਟ ਛੱਡ ਦਿੱਤੀ ਉੱਥੋਂ। ਅੱਛਾ, ਮੈਨੇਜਰ ਦੀ ਪੋਸਟ ਉੱਥੋਂ ਛੱਡੀ ਡੋਮੀਨੋਜ਼ ਦੇ ਵਿੱਚ? ਜੀ ਜੀ ਹਾਂਜੀ। ਕੀ ਗੱਲ, ਦਿਮਾਗ 'ਚ ਕੀ ਸੀ ਕਦੋਂ ਪੋਸਟ ਛੱਡੀ, ਕੀ ਆਇਆ ਦਿਮਾਗ ਦੇ ਵਿੱਚ ਇਹ ਜਾ? ਸੈਲਰੀ ਪੈਕੇਜ ਅੱਛਾ ਨਹੀਂ ਹੈਗਾ ਨਾ, 15-20 ਹਜ਼ਾਰ ਇਸ ਤੋਂ ਮਿਨੀਮਮ ਹੈ ਨਹੀਂ ਸੀ ਜ਼ਿਆਦਾ ਉਹਨਾਂ ਦੀ ਸੈਲਰੀ, ਅਤੇ ਕੰਮ ਬਹੁਤ ਜ਼ਿਆਦਾ ਸਿਰਦਰਦੀ ਬਹੁਤ ਜ਼ਿਆਦਾ ਸੀ ਹੈ ਨਾ, ਅਤੇ ਸਾਰੀ ਉਮਰ ਮਤਲਬ ਕਿ 15-20 ਹਜ਼ਾਰ ਤੋਂ ਗੁਜ਼ਾਰਾ ਤਾਂ ਹੋਣਾ ਨਹੀਂ ਸੀ ਹੈ ਨਾ, ਤਾਂ ਕਰਕੇ ਫਿਰ ਆਪਾਂ ਆਪਣਾ ਇਹ ਕੰਮ ਕੀਤਾ ਨਾ। ਆਪਣਾ ਇੱਕ ਮਿੱਤਰ ਗਿਆ ਹੈ ਬਾਹਰ ਨਿਊਜ਼ੀਲੈਂਡ, ਅਤੇ ਉਹਨਾਂ ਨੇ ਆਪਣੀ ਫੋਟੋ ਭੇਜੀ ਹੈ ਜਿੱਦਾਂ ਕਰਾਉਣਾ, ਉਹਨਾਂ ਨੇ ਫੋਟੋ ਭੇਜੀ? ਹਾਂਜੀ ਹਾਂਜੀ ਭਾਈ ਜੀ। ਕਾਹਦੀ ਫੋਟੋ ਸੀ? ਮਤਲਬ ਕਿ ਹੈਗੀ ਫੂਡ ਵੈਨ ਹੀ ਸੀ, ਐਵੇਂ ਦਾ ਫੂਡ ਟਰੱਕ ਹੀ ਸੀ, ਬਟ ਉਹ ਥੋੜ੍ਹੀ ਜਿਹੀ ਲੋਕੇਸ਼ਨ ਉਹਦੀ ਹੋਰ ਤਰ੍ਹਾਂ ਦੀ ਸੀ, ਇਹਦਾ ਪਰਮਿਸ਼ਨ ਹੋਰ ਤਰ੍ਹਾਂ ਦੀ ਕੀਤੀ ਹੋਈ ਸੀ, ਬਟ ਉੱਦਾਂ ਦਾ ਥੋੜ੍ਹਾ ਬਹੁਤ ਆਪਾਂ ਨੂੰ ਬਣ ਗਿਆ ਇਹ। ਅੱਛਾ, ਜਾਣੀ ਕਿ ਫੋਟੋ ਬਾਹਰੋਂ ਆਈ, ਤੁਹਾਡੇ ਦਿਮਾਗ 'ਚ ਆਈਡੀਆ ਆ ਵੀ ਯਾਰ ਕੋਈ ਇੱਦਾਂ ਦਾ ਕਰਿਆ ਜਾਵੇ ਵੀ 15-20 ਹਜ਼ਾਰ ਦੀ ਜੋਬ ਨਾਲ ਹੁਣ ਨਹੀਂ ਸਰਨਾ? ਨਹੀਂ ਸਰਨਾ। ਹਾਂਜੀ ਹਾਂਜੀ। ਅਤੇ ਉਹ ਤੋਂ ਬਾਅਦ ਕਦੋਂ ਤੁਸੀਂ ਇਸ ਕੰਮ ਦੇ ਵਿੱਚ ਪਏ? ਇਹ ਕਿਹੜਾ ਟਰੱਕ ਆ ਬਾਈ ਇਹ? ਇਹ ਰੋਹਿਤ ਭਾਈ ਸਭ ਤੋਂ ਪਹਿਲਾਂ ਦੱਸੋ ਕਿ ਕਿੰਨੇ ਕੁ ਦਾ ਤਿਆਰ ਕਰਵਾਇਆ ਇਹ? ਭਾਈ ਜੀ ਤੇ ਆਪਣਾ 3 ਲੱਖ ਰੁਪਏ ਖਰਚਾ ਆ ਗਿਆ ਜੀ ਤੇ ਸਾਰਾ ਟੋਟਲੀ। ਇਹ ਹੈ ਕੀ ਅਸਲ ਦੇ ਵਿੱਚ? ਪੀ ਕੋਇਲਸ ਗੱਡੀ ਹੈ ਜੀ, ਇੱਕ ਕੋਇਲਸ ਗੱਡੀ ਤੇ ਬਣਾਇਆ ਹੋਇਆ। ਅੱਛਾ, ਕੋਇਲਸ ਗੱਡੀ ਹੈ ਇਹ? ਹਾਂਜੀ ਹਾਂਜੀ, ਇੱਕ ਕੋਇਲਸ ਗੱਡੀ ਹੈ ਜੀ। ਅੱਛਾ, ਕੋਇਲਸ ਗੱਡੀ ਦਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਰੋਹਿਤ ਭਾਈ ਦੱਸ ਰਿਹਾ ਕਿ ਕੋਇਲਸ ਗੱਡੀ ਖਰੀਦੀ ਪੁਰਾਣੀ ਹੈ ਨਾ, ਪੁਰਾਣੀ ਗੱਡੀ ਖਰੀਦ ਕੇ ਬਾਈ ਨੇ ਦਿਮਾਗ ਲਾਇਆ, ਬਾਹਰੋਂ ਫੋਟੋ ਆਈ ਸੀ ਹੈ ਨਾ ਬਾਈ ਕੋਲੇ ਕਿ ਫੂਡ ਵੈਨ ਦੀ ਫੋਟੋ ਸੀ ਕੋਈ, ਫਿਰ ਬਾਈ ਨੇ ਕੋਇਲਸ ਖਰੀਦੀ, ਕੋਇਲਸ ਨੂੰ ਲਾ ਲਓ ਤੋੜ ਭੰਨ ਕਰਕੇ ਦਿਮਾਗ ਲਗਾ ਕੇ ਬਾਈ ਨੇ ਬਣਾਤਾ ਫੂਡ ਟਰੱਕ ਹੈ ਨਾ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ। ਅਤੇ ਅੱਗੇ ਵੀ ਗੱਲ ਕਰਦੇ ਬਾਈ ਨਾਲ। ਅੱਛਾ ਰੋਹਿਤ ਬਾਈ, ਜਦੋਂ ਇਹ ਤੁਸੀਂ ਨੇ ਫੂਡ ਵੈਨ ਸਭ ਤੋਂ ਪਹਿਲਾਂ ਕਿੱਥੇ ਖੜਨ ਲੱਗੇ ਤੁਸੀਂ ਲੈ ਕੇ? ਪਹਿਲਾਂ ਬਾਈ ਇੱਥੇ ਬਾਈਪਾਸ 'ਤੇ ਖੜਦੇ ਸੀ, ਜਿਹੜਾ ਨਿਊ ਚੰਡੀਗੜ੍ਹ ਬਾਈਪਾਸ ਬਣਿਆ, ਅਤੇ ਉੱਥੇ ਕੋਈ ਇਸ਼ੂ ਹੋ ਗਿਆ ਸੀ ਤਾਂ ਕਰਕੇ ਉੱਥੋਂ ਸਾਰੀਆਂ ਚਕਾਤੀਆਂ ਜੀ ਜਿੰਨੀਆਂ ਵੀ ਰੇਹੜੀਆਂ ਵਗੈਰਾ ਖੜਦੀਆਂ ਸੀਆਂ, ਅਤੇ ਹੁਣ ਆਪਾਂ ਕਿਹੜੀ ਲੋਕੇਸ਼ਨ ਚੂਜ਼ ਕੀਤੀ ਹੈ ਜੀ ਇੱਥੇ? ਅੱਛਾ, ਕਿ ਜਦੋਂ ਸਭ ਤੋਂ ਪਹਿਲਾਂ ਦਿਨ ਸੀ ਫੂਡ ਵੈਨ ਦਾ ਹੈ ਨਾ, ਨੌਕਰੀ ਛੱਡੀ, ਕਹੋ ਇੱਕ ਐਂ ਲਾ ਲਓ ਵੀ ਕਦੋਂ ਤੁਸੀਂ ਡੋਮੀਨੋਜ਼ ਦੇ ਵਿੱਚ ਕਰ ਰਹੇ ਸੀ, ਮੈਨੇਜਰ ਦੀ ਤੁਹਾਡੇ ਕੋਲ ਪੋਸਟ ਦੀ, ਉਸ ਤੋਂ ਬਾਅਦ ਆਪਣਾ ਕੰਮ ਕਰਿਆ, ਸਭ ਤੋਂ ਪਹਿਲੇ ਦਿਨ ਕੈਨਿਕ ਸੇਲ ਹੋਈ? ਭਾਜੀ ਰਿਸਪੋਂਸ ਤਾਂ ਖੈਰ ਉੱਥੇ ਠੀਕ ਠਾਕ ਹੀ ਸੀ, ਕਿਉਂਕਿ ਜ਼ਿਆਦਾ ਕਸਟਮਰ ਇੱਥੇ ਕੁਲਚੇ ਨੂੰ ਪ੍ਰੈਫਰ ਕਰਦਾ ਕਿਉਂਕਿ ਸਸਤਾ ਹੈ, ਕੁਆਲਿਟੀ ਮਤਲਬ ਕਿ ਜ਼ਿਆਦਾ ਕਸਟਮਰ ਕੁਆਲਿਟੀ 'ਤੇ ਬਿਲੀਵ ਨਹੀਂ ਕਰਦਾ ਹੈਗਾ ਹੈ ਨਾ, ਪਰ ਜਿਉਂ ਜਿਉਂ ਕਸਟਮਰ ਰਿਪੀਟ ਆਈ ਜਾਂਦਾ ਰਿਪੀਟ ਹੋਈ ਜਾਂਦਾ, ਕਿਉਂਕਿ ਉਹਨੂੰ ਕੁਆਲਿਟੀ ਦਾ ਪਤਾ ਲੱਗੀ ਜਾਂਦਾ ਨਾ, ਕਿਉਂਕਿ ਇੱਥੇ ਜ਼ਿਆਦਾਤਰ ਲੋਕ ਬਿਲੀਵ ਇਨ ਕੁਆਂਟਿਟੀ ਨੋਟ ਆ ਕੁਆਲਿਟੀ ਹੈ ਨਾ, ਕਿਉਂਕਿ ਕੁਆਲਿਟੀ 'ਤੇ ਬਿਲੀਵ ਨਹੀਂ ਕਰਦੇ, ਕੁਆਂਟਿਟੀ 'ਤੇ ਬਿਲੀਵ ਕਰਦੇ ਨੇ ਨਾ, ਬਟ ਜਿੱਦਾਂ ਵੀ ਹੈ ਮਤਲਬ ਕਿ ਠੀਕ ਸੀ ਰਿਸਪੋਂਸ, ਮਤਲਬ ਕਿ ਆਪਣਾ ਵਧੀਆ ਚੱਲੀ ਜਾਂਦਾ ਜੀ। ਕਹਿੰਦੇ ਪਹਿਲੇ ਦਿਨ ਦੀ ਕਮਾਈ ਕਹਿੰਦੀ ਜੀ? ਆਪਣੀ ਪਹਿਲੇ ਦਿਨ ਦੀ ਹੋਊਗੀ ਸੇਲ ਜੀ
ਮਿਨੀਮਮ 3500-4000 ਹੀ। ਅੱਛਾ ਅੱਜ ਦੇ ਦਿਨ ਦੀ ਕਹਿੰਦੀ ਸੇਲ ਆ, ਮਤਲਬ ਕਿ ਹੁਣ ਤਾਂ ਕਸਟਮਰ ਰਿਪੀਟ ਆਉਣ ਤੇ ਆਈ, ਮਤਲਬ ਕਿ ਆਪਣਾ ਸਾਰਾ ਕਸਟਮਰ ਰਿਪੀਟ ਹੋ ਗਿਆ ਹੁਣ ਜਿੰਨਾ ਵੀ ਹੈਗਾ ਹਨਾ, ਸੈਟ ਆ ਕੰਮ ਸੈਟ ਆ ਹੋਣਾ। ਹਾਂ ਠੀਕ ਹੈ ਜੀ, ਪਹਿਲਾਂ ਮਤਲਬ ਕਿ ਆਪਣੀ ਫੀਲਿੰਗ ਓਕੇ ਆ ਜੀ, ਕੋਈ ਦਿੱਕਤ। ਅੱਛਾ ਵੀ ਜਾਣ ਕੇ ਖੁਸ਼ ਹੋ, ਕੋਈ ਪਛਤਾਵਾ ਤਾਂ ਨਹੀਂ ਹੈਗਾ ਡੋਮੀਨੋਜ਼ ਮੈਨੇਜਰ ਦੀ ਨੌਕਰੀ ਛੱਡਣ ਦਾ? ਨਹੀਂ ਨਹੀਂ, ਕੋਈ ਪਛਤਾਵਾ ਨਹੀਂ ਹੈਗਾ ਜੀ। ਡੋਮੀਨੋਜ਼ ਵਾਲਿਆਂ ਨੇ ਨਹੀਂ ਕਿਹਾ ਵੀ ਭਾਈ ਤੂੰ ਆਪਦੀ ਜਿਗਾੜ ਸੈੱਟ ਕਰਕੇ ਬਹਿ ਗਿਆ? ਨਾ ਨਾ ਜੀ। ਅੱਛਾ, ਕਿਉਂਕਿ ਸਰ ਨਾਲ ਨਹੀਂ ਸੀ ਨਾ ਜੀ, ਅੱਗੇ ਮੈਰਿਜ ਵਗੈਰਾ ਹੋਣੀ ਹੈ, ਅੱਗੇ 100 ਕੰਮ ਨਹੀਂ ਹੈ ਨਾ, 15-20 ਹਜ਼ਾਰ ਚ ਗੁਜ਼ਾਰਾ ਨਹੀਂ ਹੋਣਾ ਸੀ ਹੈ ਨਾ। ਅਤੇ ਮੈਂ ਸੋਚਿਆ ਵੀ ਸਾਰਿਆਂ ਨਾਲ ਯੂਨੀਕ ਜਿਹਾ ਕੰਮ ਕੀਤਾ ਜਾਵੇ, ਫੂਡ ਵੈਨਰ ਹੋਰ ਵੀ ਬਥੇਰੀਆਂ, ਪਰ ਮੈਂ ਲੱਗ ਜਾ ਦਿਮਾਗ ਲਾਇਆ ਵੀ ਇਵੇਂ ਦਾ ਬਣਵਾਇਆ ਜਾਵੇ ਹੈ ਨਾ। ਅੱਛਾ, ਇੱਕ ਮੈਂ ਥੋੜ੍ਹਾ ਟਰੱਕ ਦੇਖਿਆ ਕਿ ਜਿਵੇਂ ਕਿ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਇਹ ਐਂ ਲੱਗਦਾ ਕਿਵੇਂ ਉਹ ਰੌਂਗ ਟਰਨ ਵਾਲੇ ਨਹੀਂ ਚੱਕ ਕੇ ਲਿਜਾਉਂਦੇ ਹੁੰਦੇ ਬੰਦਿਆਂ ਨੂੰ ਵਿੱਚ ਪਾ ਕੇ ਹੋਇਆ ਜਾਂ ਗੱਡੀਆਂ ਵਾਂਗੂ ਮੋਡੀਫਾਈ ਕਰਵਾਇਆ ਸਾਰਾ ਪੁਰਾਣਾ ਹੈ ਨਾ? ਜੀ ਜੀ। ਅੱਛਾ, ਮੋਡੀਫਾਈ ਕਿਹਦੋਂ ਕਰਾਇਆ? ਇਹ ਮੋਡੀਫਾਈ ਆਪਣੇ ਰਿਸ਼ਤੇਦਾਰ ਨੇ ਜੀ, ਪਟਿਆਲੇ ਬਾਬਾ ਫੂਡ ਵੈਨਸ ਨੇ। ਅੱਛਾ ਭਾਈ, ਹੀਰਾਬਾਗ ਜੀ, ਉਹ ਤਿਆਰ ਕਰਦੇ ਨੇ ਸਾਰੀਆਂ ਬੱਸਾਂ ਟਰੱਕਾਂ ਜਿੰਨੇ ਵੀ ਨੇ ਨਾ, ਛੋਟੀ ਤੋਂ ਛੋਟੀ ਚੀਜ਼ ਤੋਂ ਵੱਡੀ ਤੋਂ ਵੱਡੀ ਲੈ ਕੇ ਟਰੱਕ ਉਹ ਤਿਆਰ ਕਰਦੇ ਨੇ ਉਹ। ਅੱਛਾ, ਪੁਰਾਣੀ ਕੁਆਇਲਸ ਕਿੰਨੀ ਦੀ ਖਰੀਦੀ ਸੀ? ਇਹ ਆਪਾਂ ਲਿੱਤੀ ਸੀ ਜੀ 60,000 ਰੁਪਏ ਦੀ। ਅੱਛਾ, 60,000 ਦੀ ਪੁਰਾਣੀ? ਹਾਂ ਜੀ, 2.5-2 ਲੱਖ ਉੱਪਰ ਲੱਗ ਗਿਆ ਸੀ। ਅੱਛਾ, 2.5-2 ਲੱਖ ਉੱਪਰ ਲੱਗਦਾ? ਹਾਂ ਜੀ ਹਾਂ ਜੀ। ਅੱਛਾ, ਇੱਥੇ ਹੁਣ ਆਈਟਮਾਂ ਦੱਸੋ ਕਿ ਕਿਹੜੀ ਕਿਹੜੀ ਆਈਟਮ ਬਣਾਉਣੇ ਹੋ, ਅਗਰ ਕੋਈ ਇਸ ਹਾਈਵੇ ਦੇ ਉੱਪਰੋਂ ਲੰਘਦਾ ਤਾਂ ਰੁੱਕ ਕੇ ਜਾਵੇ ਫੂਡ ਟਰੱਕ ਦੇ ਲਵੇ, ਕਿਹੜੀਆਂ ਕਿਹੜੀਆਂ ਆਈਟਮਾਂ ਨੇ ਆਪਣੇ ਕੋਲ? ਬਰਗਰ ਹੁੰਦੇ ਜੀ, ਪੀਜ਼ਾ ਹੁੰਦਾ, ਸੈਂਡਵਿਚ ਹੁੰਦਾ, ਸਪਰਿੰਗ ਰੋਲ ਹੁੰਦੇ ਨੇ, ਮੋਮੋਜ਼ ਹੁੰਦੇ ਨੇ, ਰੈਪ ਹੁੰਦਾ, ਸਭ ਹੁੰਦਾ ਜੀ। ਅਤੇ ਬਾਕੀ ਵੇਰਕਾ ਦੇ ਪ੍ਰੋਡਕਟ ਹੁੰਦੇ ਨੇ ਆਪਣੇ ਕੋਲ, ਸਾਰਾ ਆਪਾਂ ਕੁਆਲਿਟੀ ਦਾ ਸਮਾਨ ਯੂਜ਼ ਕਰਦੇ ਹਾਂ, ਮੂਲ ਦੀ ਚੀਜ਼ ਹੋ ਗਈ, ਵੇਰਕਾ ਦਾ ਪਨੀਰ ਮੱਖਣ ਹੋ ਗਿਆ ਨਾ, ਅਤੇ ਉੱਦਾਂ ਵਿੰਟਰ ਦੇ ਵਿੱਚ ਆਪਣੇ ਕੋਲ ਕੌਫੀ ਹੁੰਦੀ ਹੈ, ਹੋਟ ਕੌਫੀ, ਅਤੇ ਹਾਲੇ ਕੋਲਡ ਕੌਫੀ ਸ਼ੇਕ ਵਗੈਰਾ ਸਟਾਰਟ ਕਰਨੇ ਨੇ ਜੀ। ਅਤੇ ਉਰੇ ਇਕੱਲੇ ਕੰਮ ਕਰਦੇ ਹੋ ਜਾਂ ਨਾਲ ਕੋਈ ਹੋਰ ਆਪਣੇ ਕੰਮ ਕਰਨ ਵਾਲਾ ਕੋਈ ਹੈਲਪਰ ਵੀ ਰੱਖਿਆ ਹੋਵੇ? ਮੇਰਾ ਨਾਲ ਭਾਈ ਹੁੰਦਾ ਜੀ, ਉਹ ਸਟੱਡੀ ਕਰੀ ਜਾਂਦਾ, ਆਈਲੈਟਸ ਕਰੀ ਜਾਂਦਾ ਜੀ, ਉਹ ਕਦੇ ਕਦੇ ਫ੍ਰੀ ਹੁੰਦਾ ਤਾਂ ਉਹ ਇੱਥੇ ਆ ਜਾਂਦਾ ਜੀ। ਇੱਕ ਮੈਂ ਹੋਰ ਦੇਖਿਆ, ਜਿਹੜਾ ਤੁਸੀਂ ਕੰਮ ਕਰ ਰਹੇ ਹੋ ਸਫਾਈ ਦਾ ਧਿਆਨ ਬਹੁਤ ਰੱਖ ਰਹੇ ਰੋਹਿਤ ਬਾਈ, ਜਿਵੇਂ ਕਿ ਦਰਸ਼ਕੋ ਤੁਸੀਂ ਵੀ ਦੇਖ ਰਹੇ ਹੋ ਕਿ ਬਾਈ ਦਾ ਸਫਾਈ ਦਾ ਯਾਨੀ ਕਿ ਧਿਆਨ ਬਹੁਤ ਹੈ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ। ਅੱਛਾ, ਇੱਕ ਹੋਰ ਆ, ਓਲਾ ਕਸਦ ਨੇ ਹੈਗਾ, ਜਿਵੇਂ ਕਹਿੰਦੇ ਨੇ ਕਿ ਆਪਣੇ ਪੁਰਾਣੇ ਕਿਹਾ ਕਰਦੇ, ਹੁਣ ਵੀ ਅੱਜ ਕੱਲ੍ਹ ਵੀ ਕਹਾਵਤ ਮਸ਼ਹੂਰ ਹੈ ਕਿ ਜਦੋਂ ਕੋਈ ਤੁਸੀਂ ਚੀਜ਼ ਬਣਦੀ ਦੇਖਦੇ ਹੋ ਨਾ ਵੀ ਉਹ ਜਾ ਕਰ ਤੁਸੀਂ ਉਸ ਨੂੰ ਬਣਦੀ ਦੇਖੋ ਤਾਂ ਖਾਣੀ ਮੁਸ਼ਕਲ ਹੋ ਜਾਂਦੀ ਹੈ, ਪਰ ਸਾਹਮਣੇ ਬਣਾਉਂਦਾ ਬਾਈ ਯਾਨੀ ਕਿ ਸਾਰਾ ਸਿਸਟਮ ਹੈ ਕਿਹੜਾ, ਯਾਨੀ ਕਿ ਮੈਂ ਗੱਲ ਕਰ ਰਹੀ ਡਬਲ ਰੋਟੀਆਂ ਬ੍ਰੈਡਾਂ ਦੀ, ਯਾਨੀ ਕਿ ਗੱਲ ਮਸ਼ਹੂਰ ਹੈ ਇਹ ਕਿ ਤੁਸੀਂ ਇਹਨੂੰ ਬਣਦੀਆਂ ਨਹੀਂ ਦੇਖ ਸਕਦੇ, ਇੰਨੀ ਗਲਿਆਣ ਆਉਂਦੀ ਹੈ ਜਿੱਥੇ ਮਤਲਬ ਬਣਾਉਂਦੇ ਨੇ, ਪਰ ਇਹ ਬਾਈ ਦਾ ਹੈਗਾ ਸਾਰਾ ਸਾਹਮਣੇ ਸਿਸਟਮ ਹੈ, ਸਫਾਈ ਦਾ ਬਹੁਤ ਜ਼ਿਆਦਾ ਬਾਈ ਧਿਆਨ ਰੱਖਦਾ, ਦੇਖੋ ਮੱਖੀ ਵੀ ਨਹੀਂ ਦੇਖਦੀ ਹੈਗੀ ਬਾਈ ਦੀ ਪੂਰੇ ਫੂਡ ਟਰੱਕ ਦੇ ਵਿੱਚ। ਅੱਛਾ ਰੋਹਿਤ ਬਾਈ, ਹੁਣ ਅਗਰ ਆਪਾਂ ਗੱਲ ਕਰੀਏ ਰੇਟ ਕਿਵੇਂ ਦੇ ਨੇ, ਕਿਤੇ ਐਂ ਤਾਂ ਨਹੀਂ ਹੈਗਾ ਫੂਡ ਵੈਨ ਬਾਹਰ ਖੜੇ ਹੋ ਤਿਆਰ ਕਰਾਂ ਅਲੱਗ ਜਿਹਾ ਇੱਕ ਆਈਡੀਆ ਵੀ ਕੋਈ ਰੇਟ ਰੂਟ ਜ਼ਿਆਦਾ ਤਾਂ ਨਹੀਂ ਭਾਈ? ਰੇਟ ਬਿਲਕੁਲ ਜੈਨੂਨ ਨੇ ਜੀ, ਹੈ ਨਾ 10-20 ਰੁਪਏ ਚੀਜ਼ ਮਹਿੰਗੀ ਹੈ, 5-10 ਰੁਪਏ ਪਰ ਚੀਜ਼ ਦੀ ਕੁਆਲਿਟੀ ਹੈ ਨਾ ਜੀ, 5-10 ਰੁਪਏ ਦੇ ਦੁੱਖਦੇ ਨਹੀਂ ਹੈਗੇ ਬੰਦੇ ਨੂੰ ਜੇ ਚੀਜ਼ ਅੱਛੀ ਮਿਲੇ, ਹੈ ਨਾ। ਅੱਛਾ, 5-10 ਰੁਪਏ ਚੀਜ਼ ਜ਼ਰੂਰ ਮਹਿੰਗੀ ਹੈ ਜੀ, ਹਰੇਕ ਨਾਲ ਆਪਾਂ ਕਹਿ ਕੇ ਲੈਂਦੇ ਭਾਈ, ਬਰਗਰ 30 ਦਾ ਵੀ ਮਿਲ ਜਾਂਦਾ, 20 ਦਾ ਵੀ ਮਿਲ ਜਾਂਦਾ, 25 ਦਾ ਵੀ ਮਿਲ ਜਾਂਦਾ, ਪਰ ਆਪਣਾ ਬਰਗਰ 40 ਦਾ ਪਰ ਮੈਕੜੀ ਨਾਲੋਂ ਵੀ ਵਧੀਆ ਜੀ, ਹੈ ਨਾ। ਅੱਛਾ, ਪੈਸੇ ਠੋਕ ਕੇ ਲੈਣਾ ਸਵਾਦ ਵੀ, ਫਿਰ ਅਗਲਾ ਵੀ ਉਨੀ ਕਹਿੰਦਾ ਵੀ ਹਾਂ ਬਾਈ ਹੈ ਗੱਲਬਾਤ, ਹੈ ਨਾ। ਅੱਛਾ ਰੋਹਿਤ ਬਾਈ, ਇੱਕ ਸਹੀ ਸਹੀ ਕਿਹੜੀ ਲੋਕੇਸ਼ਨ ਹੈ ਜਿੱਥੇ ਤੁਸੀਂ ਹੁਣ ਖੜੇ ਹੋ? ਇਹ ਭਾਅ ਜੀ ਪਟਿਆਲੇ ਤੋਂ ਜਦੋਂ ਆਪਾਂ ਸੰਗਰੂਰ ਨੂੰ ਜਾਂਦੇ ਹਾਂ ਤਾਂ ਇੱਥੋਂ 13-14 ਕਿਲੋਮੀਟਰ ਤੇ ਰਾਈਟ ਲੈਫਟ ਹੈਂਡ ਤੇ ਪੰਪ ਆਉਂਦਾ ਐਚਪੀ ਦਾ, ਆਪਾਂ ਉੱਥੇ ਖੜਦੇ ਹਾਂ ਜੀ। ਅੱਛਾ, ਹੁਣ ਤੁਸੀਂ ਐਚਪੀ ਦੇ ਇਸ ਪੰਪ ਦੇ ਉੱਪਰ ਖੜਨ ਲੱਗ ਗਏ ਹੈ ਨਾ, ਇਹ ਫਿਰ ਪੰਪ ਵਾਲਿਆਂ ਤੋਂ ਪੁੱਛਿਆ ਹੋਊਗਾ ਭਾਈ ਹੁਣ ਮੈਂ ਖੜ ਜਾ ਕਰਾ ਉਰੇ? ਨਹੀਂ, ਇਹਨੇ ਮੈਨੂੰ ਆਪੇ ਬੁਲਾਇਆ ਸੀ ਕਹਿੰਦੇ ਤੁਸੀਂ ਇੱਥੇ ਆ ਜਾਓ। ਅੱਛਾ, ਵਧੀਆ ਬੰਦੇ ਨੇ। ਹਾਂਜੀ ਹਾਂਜੀ, ਇਹ ਕਹਿੰਦੇ ਤੁਸੀਂ ਇੱਥੇ ਲੋਕੇਸ਼ਨ ਤੇ ਲਾ ਲਿਆ ਕਰੋ। ਅੱਛਾ, ਤਾਂ ਬਾਈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇਹ ਆਪਣਾ ਰੋਹਿਤ ਬਾਈ ਹੈ, ਇਹ ਵੀਡੀਓ ਇੱਕ ਮੋਟੀਵੇਟ ਵੀਡੀਓ ਸੀ ਵੀ ਤੁਹਾਨੂੰ ਦੱਸਿਆ ਜਾਵੇ ਇੱਕ ਡੋਮੀਨੋਜ਼ ਦੇ ਵਿੱਚੋਂ ਮੈਨੇਜਰ ਦੀ ਨੌਕਰੀ ਨੂੰ ਬੰਦਾ ਛੱਡ ਕੇ ਆਉਂਦਾ ਅਤੇ ਫੂਡ ਟਰੱਕ ਬਾਈ ਨੇ ਆਪਦਾ ਸੈੱਟ ਕਰਿਆ ਹੋਇਆ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ। ਜਦੋਂ ਵੀ ਤੁਸੀਂ ਕਦੇ ਪਟਿਆਲੇ ਤੋਂ ਜਾਓ ਸੰਗਰੂਰ ਵੱਲ ਨੂੰ ਜਾਓ ਤਾਂ ਬਾਈ ਕੋਲੇ ਜ਼ਰੂਰ ਰੁੱਕ ਕੇ ਜਾਇਓ, ਕਦੋਂ ਨਹਿਰ ਟੱਪੋਗੇ ਤਾਂ ਐਚਪੀ ਦਾ ਪੰਪ ਆਊਗਾ ਬਾਈ, ਐਚਪੀ ਦਾ ਪੰਪ ਆਊਗਾ, ਸਾਹਮਣੇ ਤੁਹਾਨੂੰ ਇਹ ਬਾਈ ਆਪਣਾ ਰੋਹਿਤਾ ਖੜਾ ਦਿਖ ਜੂਗਾ, ਇਹ ਹਾਈਵੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ। ਤਾਂ ਇਹ ਸੀ ਇੱਕ ਛੋਟੀ ਜਿਹੀ ਵੀਡੀਓ, ਧੰਨਵਾਦ, ਰੱਬ ਰਾਖਾ। ਸਤਿ ਸ਼੍ਰੀ ਅਕਾਲ ਬਾਈ ਜੀ, ਇੱਕ ਵਾਰ ਫਿਰ ਤੋਂ ਜੁੜਿਆ ਤੁਹਾਡੇ ਨਾਲ। ਜਿਵੇਂ ਕਿ ਕਹਿੰਦੇ ਨੇ ਬਈ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਹੈ ਨਾ, ਅਤੇ ਕਿੰਨਾ ਮਰਜ਼ੀ ਪੈਸਾ ਕਮਾ ਲਓ ਅਗਰ ਬੰਦਾ ਮਿਹਨਤੀ ਆ ਤਾਂ ਉਹਦੇ ਵਾਸਤੇ ਮੰਜ਼ਿਲ ਦੂਰ ਨਹੀਂ। ਜਿਵੇਂ ਜਿਵੇਂ ਟੈਕਨੋਲੋਜੀ ਵਧੀਆ ਉਵੇਂ ਉਵੇਂ ਬਾਜ਼ਾਰ ਦੇ ਵਿੱਚ ਕਈ ਚੀਜ਼ਾਂ ਆਈਆਂ ਨੇ ਅਤੇ ਲੋਕਾਂ ਦਾ ਕੰਮਕਾਰ ਕਰਨ ਦਾ ਤਰੀਕਾ ਵੀ ਬਦਲਿਆ। ਅਤੇ ਆਪਾਂ ਖੜ੍ਹੇ ਹਾਂ ਇਸ ਟਾਈਮ ਪਟਿਆਲੇ ਭਾਖੜਾ ਨਹਿਰ ਦੇ ਲਵੇ, ਪੈਟਰੋਲ ਪੰਪ ਆ ਇਹ ਐਚ ਪੀ ਦਾ ਪੈਟਰੋਲ ਪੰਪ ਹੈ। ਇੱਥੇ ਵੀਰ ਖੜਦਾ ਖਾਣ ਪੀਣ ਵਾਲਾ ਸਮਾਨ ਆ ਦੀ ਫੂਡ ਟਰੱਕ, ਜਿਸ ਤਰ੍ਹਾਂ ਕਿ ਤੁਸੀਂ ਨਾਮ ਦੇਖ ਰਹੇ ਹੋ। ਅਤੇ ਕਾਫੀ ਵਾਰ ਬਾਈ ਲਵੇ ਰੁਕਿਆ, ਮੈਂ ਚਲੋ ਅੱਜ ਆਪਾਂ ਦਿਖਾਉਂਦੇ ਹਾਂ ਕਿ ਬਾਈ ਮਿਹਨਤੀ ਬਹੁਤ ਹੈ ਅਤੇ ਕਿਸ ਤਰ੍ਹਾਂ ਬਾਈ ਨੇ ਇਹ ਕੰਮ ਸੈੱਟ ਕਰਿਆ,
ਤਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਵੀਰੇ ਸਭ ਤੋਂ ਪਹਿਲਾਂ ਨਾਮ ਦੱਸ ਦਿਓ, ਕੀ ਨਾਮ ਆ? ਬਾਈ ਆਪਣਾ ਨਾਮ ਰੋਹਿਤ ਗਰਗ ਹੈ ਜੀ। ਅਤੇ ਕਿੱਥੇ ਦੇ ਰਹਿਣ ਵਾਲੇ ਹੋ? ਬਾਈ ਆਪਣਾ ਨਾਲ ਹੀ ਪਿੰਡ ਹੈ ਬਜੀਤਪੁਰ। ਅੱਛਾ ਵੀਰੇ ਰੋਹਿਤ, ਐਂ ਦੱਸੋ ਇਸ ਕੰਮ ਦੇ ਵਿੱਚ ਕਿਵੇਂ ਜੁੜੇ, ਕਦੋਂ ਤੋਂ ਜੁੜੇ ਇਸ ਕੰਮ ਦੇ ਵਿੱਚ, ਅਤੇ ਕਿਵੇਂ ਮਤਲਬ ਹੁੰਗਾਰਾ ਮਿਲਿਆ ਲੋਕਾਂ ਦਾ? ਭਾਅ ਜੀ ਐਕਚੁਲੀ ਪਹਿਲਾਂ ਮੈਂ ਪਲੱਸ ਟੂ ਤੋਂ ਬਾਅਦ ਰੈਸਟੋਰੈਂਟ 'ਚ ਕੰਮ ਕਰਦਾ ਸੀ ਡੋਮੀਨੋਜ਼ 'ਚ, ਅਤੇ ਮੈਂ 7 ਸਾਲ ਜੋਬ ਕੀਤੀ ਹੈ, ਮੈਨੇਜਰ ਦੀ ਜੋਬ ਛੱਡ ਕੇ ਆਇਆ ਉੱਥੋਂ ਮੈਂ ਡੋਮੀਨੋਜ਼ ਦੇ ਵਿੱਚ। ਹਾਂਜੀ ਭਾਅ ਜੀ। ਅੱਛਾ ਭਾਅ ਜੀ। ਅਤੇ ਉਸ ਤੋਂ ਬਾਅਦ ਮਤਲਬ ਕਿ ਫਿਰ ਆਪਾਂ ਆਪਣਾ ਇਹ ਕੰਮ ਕੀਤਾ ਤਾਂ ਫੂਡ ਟਰੱਕ ਓਪਨ ਕੀਤਾ ਸੀ ਆਪਾਂ ਨੇ, ਅਤੇ ਨਾਲ ਨਾਲ ਸਟੱਡੀ ਕੀਤੀ ਹੈ, ਬੀਕੌਮ ਕੀਤੀ ਹੈ, ਐਮਬੀਏ ਕਰ ਰਹੇ ਹਾਂ ਜੀ। ਕਿਆ ਬਾਤ ਹੈ ਭਾਈ ਯਾਰ। ਹਾਂਜੀ। ਅਤੇ ਇਹ ਫਿਰ ਕਿਵੇਂ ਡੋਮੀਨੋਜ਼ ਦੇ ਵਿੱਚ ਨੌਕਰੀ ਕਰਕੇ ਉਹਨਾਂ ਵਾਲਾ ਤਜਰਬਾ ਤਾਂ ਹੈਗਾ ਨਾ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਬਾਈ ਪੀਜ਼ਾ ਬਣਾ ਰਿਹਾ, ਬਟ ਕਰ ਰਿਹਾ ਪੀਜ਼ੇ ਦੇ, ਅਗਰ ਲੰਘੋ ਤੁਸੀਂ ਕਦੇ ਪਟਿਆਲਾ ਤੋਂ ਜਾਓ ਬਠਿੰਡਾ ਤਾਂ ਜ਼ਰੂਰ ਖੜ ਕੇ ਜਾਓ, ਪੀਜ਼ਾ ਦੇਖੋ ਬਾਈ ਦੇ ਬਣਾਉਣ ਦਾ ਤਰੀਕਾ। ਆਮ ਤੁਸੀਂ ਦੇਖਦੇ ਹੋਵੋਗੇ ਵੀ ਡੋਮੀਨੋਜ਼ ਵਗੈਰਾ ਵਗੈਰਾ ਦੇ ਵਿੱਚ ਤਾਂ ਹੀ ਇਹ ਚੀਜ਼ਾਂ ਮਿਲ ਜਾਣਗੀਆਂ, ਪਰ ਆਮ ਤੁਹਾਨੂੰ ਇਹ ਚੀਜ਼ਾਂ ਇਹੋ ਜਿਹਾ ਟੇਸਟ ਆ ਕਿਹੜਾ ਦੇਖਣ ਨੂੰ ਨਹੀਂ ਮਿਲੂਗਾ। ਅੱਛਾ ਰੋਹਿਤ ਬਾਈ, ਇਹ ਕੰਮ ਨਾਲ ਜੁੜੇ ਨੂੰ ਕਿੰਨਾ ਕੁ ਟਾਈਮ ਹੋਇਆ? ਭਾਈ ਆਪਾਂ ਨੂੰ ਆਪਣਾ ਓਪਨ ਕੀਤੇ ਨੂੰ 1 ਸਾਲ ਹੋਇਆ ਹਲੇ, ਅਤੇ ਬਾਕੀ ਆਪਾਂ ਮਤਲਬ ਕਿ 8-9 ਸਾਲ ਦਾ ਐਕਸਪੀਰੀਅੰਸ ਹੈਗਾ ਆਪਣੇ ਰੈਸਟੋਰੈਂਟ 'ਚ, 8-9 ਸਾਲ ਕੰਮ ਕੀਤਾ ਹੋਇਆ। ਪਹਿਲਾਂ ਐਕਚੁਲੀ ਮੈਂ ਡਿਲੀਵਰੀ ਕਰਦਾ ਸੀ ਡੋਮੀਨੋਜ਼ ਦੇ ਵਿੱਚ, ਅਤੇ ਆਪਾਂ ਮਤਲਬ ਕਿ 3-4 ਸਾਲ ਡਿਲੀਵਰੀ ਕੀਤੀ, ਫਿਰ ਆਪਾਂ ਮੈਨੇਜਰ ਦੀ ਪੋਸਟ ਛੱਡ ਦਿੱਤੀ ਉੱਥੋਂ। ਅੱਛਾ, ਮੈਨੇਜਰ ਦੀ ਪੋਸਟ ਉੱਥੋਂ ਛੱਡੀ ਡੋਮੀਨੋਜ਼ ਦੇ ਵਿੱਚ? ਜੀ ਜੀ ਹਾਂਜੀ। ਕੀ ਗੱਲ, ਦਿਮਾਗ 'ਚ ਕੀ ਤੀ ਕਦੋਂ ਪੋਸਟ ਛੱਡੀ, ਕੀ ਆਇਆ ਦਿਮਾਗ ਦੇ ਵਿੱਚ? ਇਹ ਜਿਹਾ ਸੈਲਰੀ ਪੈਕੇਜ ਅੱਛਾ ਨਹੀਂ ਹੈਗਾ ਨਾ, 15-20 ਹਜ਼ਾਰ ਇਸ ਤੋਂ ਮਿਨੀਮਮ ਹੈ ਨਹੀਂ ਸੀ ਜ਼ਿਆਦਾ ਉਹਨਾਂ ਦੀ ਸੈਲਰੀ, ਅਤੇ ਕੰਮ ਬਹੁਤ ਜ਼ਿਆਦਾ ਸਿਰਦਰਦੀ ਬਹੁਤ ਜ਼ਿਆਦਾ ਸੀ ਹੈ ਨਾ, ਅਤੇ ਸਾਰੀ ਉਮਰ ਮਤਲਬ ਕਿ 15-20 ਹਜ਼ਾਰ ਤੋਂ ਵਗੈਰਾ ਤਾਂ ਹੋਣਾ ਨਹੀਂ ਸੀ ਹੈ ਨਾ, ਤਾਂ ਕਰਕੇ ਫਿਰ ਆਪਾਂ ਆਪਣਾ ਇਹ ਕੰਮ ਕੀਤਾ ਨਾ। ਆਪਣਾ ਇੱਕ ਮਿੱਤਰ ਗਿਆ ਬਾਹਰ ਨਿਊਜ਼ੀਲੈਂਡ, ਅਤੇ ਉਹਨਾਂ ਨੇ ਆਪਣੀ ਫੋਟੋ ਭੇਜੀ ਹੈ ਜਿੱਦਾਂ ਉਹਨਾਂ ਨੇ ਫੋਟੋ ਭੇਜੀ। ਹਾਂਜੀ ਹਾਂਜੀ ਭਾਈ ਜੀ। ਕਾਹਦੀ ਫੋਟੋ ਸੀ? ਮਤਲਬ ਕਿ ਹੈਗੀ ਫੂਡ ਵੈਨ ਸੀ, ਐਵੇਂ ਦਾ ਫੂਡ ਟਰੱਕ ਏ ਸੀ, ਬਟ ਉਹ ਥੋੜ੍ਹੀ ਜਿਹੀ ਲੋਕੇਸ਼ਨ ਉਹਦੀ ਹੋਰ ਤਰ੍ਹਾਂ ਦੀ ਸੀ, ਇਹਦਾ ਪਰਮਿਸ਼ਨ ਹੋਰ ਤਰ੍ਹਾਂ ਦੀ ਕੀਤੀ ਹੋਈ ਸੀ, ਬਟ ਉੱਦਾਂ ਥੋੜ੍ਹਾ ਬਹੁਤ ਆਪਾਂ ਨੂੰ ਬਣ ਗਿਆ ਇਹ। ਅੱਛਾ, ਜਾਣੀ ਕਿ ਫੋਟੋ ਬਾਹਰੋਂ ਆਈ, ਤੁਹਾਡੇ ਦਿਮਾਗ 'ਚ ਆਈਡੀਆ ਆ ਵੀ ਯਾਰ ਕੁਝ ਇੱਦਾਂ ਦਾ ਕਰਿਆ ਜਾਵੇ ਵੀ 15-20 ਹਜ਼ਾਰ ਦੀ ਜੋਬ ਨਾਲ ਹੁਣ ਨਹੀਂ ਸਰਨਾ? ਨਹੀਂ ਸਰਨਾ। ਹਾਂਜੀ ਹਾਂਜੀ। ਅਤੇ ਉਸ ਤੋਂ ਬਾਅਦ ਕਦੋਂ ਤੁਸੀਂ ਇਸ ਕੰਮ ਦੇ ਵਿੱਚ ਪਏ? ਇਹ ਕਿਹੜਾ ਟਰੱਕ ਆ ਬਾਈ ਇਹ? ਇਹ ਰੋਹਿਤ ਬਾਈ ਸਭ ਤੋਂ ਪਹਿਲਾਂ ਦੱਸੋ ਕਿ ਕਿੰਨੇ ਕੁ ਦਾ ਤਿਆਰ ਕਰਵਾਇਆ ਇਹ? ਭਾਈ ਜੀ ਤੇ ਆਪਣਾ 3 ਲੱਖ ਰੁਪਏ ਖਰਚਾ ਆ ਗਿਆ ਜੀ ਇੱਥੇ ਸਾਰਾ ਟੋਟਲੀ। ਇਹ ਹੈ ਕੀ ਅਸਲ ਦੇ ਵਿੱਚ? ਪੀ ਕੋਇਲਸ ਗੱਡੀ ਹੈ ਜੀ, ਇੱਕ ਕੋਇਲਸ ਗੱਡੀ ਤੇ ਬਣਾਇਆ ਹੋਇਆ। ਅੱਛਾ, ਕੋਇਲਸ ਗੱਡੀ ਹੈ ਇਹ? ਹਾਂਜੀ ਹਾਂਜੀ, ਇੱਕ ਕੋਇਲਸ ਗੱਡੀ ਹੈ ਜੀ। ਅੱਛਾ, ਕੋਇਲਸ ਗੱਡੀ ਦਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਰੋਹਿਤ ਬਾਈ ਦੱਸ ਰਿਹਾ ਕਿ ਕੋਇਲਸ ਗੱਡੀ ਖਰੀਦੀ ਪੁਰਾਣੀ ਹੈ ਨਾ, ਪੁਰਾਣੀ ਗੱਡੀ ਖਰੀਦ ਕੇ ਬਾਈ ਨੇ ਦਿਮਾਗ ਲਾਇਆ, ਬਾਹਰੋਂ ਫੋਟੋ ਆਈ ਸੀ ਹੈ ਨਾ ਬਾਈ ਕੋਲੇ ਕਿ ਫੂਡ ਵੈਨ ਦੀ ਫੋਟੋ ਸੀ ਕੋਈ, ਫਿਰ ਬਾਈ ਨੇ ਕੋਇਲਸ ਖਰੀਦੀ, ਕੋਇਲਸ ਨੂੰ ਲਾ ਲਓ ਤੋੜ ਭੰਨ ਕਰਕੇ ਦਿਮਾਗ ਲਗਾ ਕੇ ਬਾਈ ਨੇ ਬਣਾਤਾ ਫੂਡ ਟਰੱਕ ਹੈ ਨਾ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ, ਅਤੇ ਅੱਗੇ ਵੀ ਗੱਲ ਕਰਦੇ ਹਾਂ ਬਾਈ ਨਾਲ। ਅੱਛਾ ਰੋਹਿਤ ਬਾਈ, ਜਦੋਂ ਇਹ ਤੁਸੀਂ ਨੇ ਫੂਡ ਵੈਨ ਸਭ ਤੋਂ ਪਹਿਲਾਂ ਕਿੱਥੇ ਖੜਨ ਲੱਗੇ ਤੁਸੀਂ ਲੈ ਕੇ? ਪਹਿਲਾਂ ਬਾਈ ਇੱਥੇ ਬਾਈਪਾਸ 'ਤੇ ਖੜਦੇ ਸੀ, ਜਿਹੜਾ ਨਿਊ ਚੰਡੀਗੜ੍ਹ ਬਾਈਪਾਸ ਬਣਿਆ, ਅਤੇ ਉੱਥੇ ਕੋਈ ਇਸ਼ੂ ਹੋ ਗਿਆ ਸੀ, ਤਾਂ ਕਰਕੇ ਉੱਥੋਂ ਸਾਰੀਆਂ ਚੁਕਾਤੀਆਂ ਜੀ, ਜਿੰਨੀਆਂ ਵੀ ਰੇਹੜੀਆਂ ਵਗੈਰਾ ਖੜਦੀਆਂ ਸੀਆਂ, ਅਤੇ ਹੁਣ ਆਪਾਂ ਕਿ ਲੋਕੇਸ਼ਨ ਚੂਜ਼ ਕੀਤੀ ਹੈ ਜੀ ਇੱਥੇ? ਅੱਛਾ, ਕਿ ਜਦੋਂ ਸਭ ਤੋਂ ਪਹਿਲਾ ਦਿਨ ਸੀ ਫੂਡ ਵੈਨ ਦਾ ਹੈ ਨਾ, ਨੌਕਰੀ ਛੱਡੀ, ਕਹੋ ਇੱਕ ਐਂ ਲਾ ਲਓ ਵੀ ਕਦੋਂ ਤੁਸੀਂ ਡੋਮੀਨੋਜ਼ ਦੇ ਵਿੱਚ ਕਰ ਰਹੇ ਸੀ, ਮੈਨੇਜਰ ਦੀ ਤੁਹਾਡੇ ਕੋਲ ਪੋਸਟ ਦੀ, ਉਸ ਤੋਂ ਬਾਅਦ ਆਪਣਾ ਕੰਮ ਕਰਿਆ, ਸਭ ਤੋਂ ਪਹਿਲੇ ਦਿਨ ਕਿੰਨੀ ਕੁ ਸੇਲ ਹੋਈ? ਭਾਈ ਰਿਸਪੋਂਸ ਤਾਂ ਖੈਰ ਉੱਥੋਂ ਠੀਕ ਠਾਕ ਹੀ ਸੀ, ਕਿਉਂਕਿ ਜ਼ਿਆਦਾ ਕਸਟਮਰ ਇੱਥੇ ਕੁਲਚੇ ਨੂੰ ਪ੍ਰੈਫਰ ਕਰਦਾ ਕਿਉਂਕਿ ਸਸਤਾ ਹੈ, ਕੁਆਲਿਟੀ ਮਤਲਬ ਕਿ ਜ਼ਿਆਦਾ ਕਸਟਮਰ ਕੁਆਲਿਟੀ 'ਤੇ ਬਿਲੀਵ ਨਹੀਂ ਕਰਦਾ ਹੈਗਾ ਨਾ, ਬਟ ਜਿਉਂ ਜਿਉਂ ਕਸਟਮਰ ਰਿਪੀਟ ਆਈ ਜਾਂਦਾ ਰਿਪੀਟ ਹੋਈ ਜਾਂਦਾ, ਕਿਉਂਕਿ ਉਹਨੂੰ ਕੁਆਲਿਟੀ ਦਾ ਪਤਾ ਲੱਗੀ ਜਾਂਦਾ ਨਾ, ਕਿਉਂਕਿ ਇੱਥੇ ਜ਼ਿਆਦਾਤਰ ਲੋਕ ਬਿਲੀਵ ਇਨ ਕੁਆਂਟਿਟੀ ਨੋਟ ਆ ਕੁਆਲਿਟੀ ਹੈ ਨਾ, ਕਿਉਂਕਿ ਕੁਆਲਿਟੀ 'ਤੇ ਬਿਲੀਵ ਨਹੀਂ ਕਰਦੇ, ਕੁਆਂਟਿਟੀ 'ਤੇ ਬਿਲੀਵ ਕਰਦੇ ਨੇ ਨਾ, ਬਟ ਜਿੱਦਾਂ ਵੀ ਹੈ ਮਤਲਬ ਕਿ ਠੀਕ ਸੀ ਰਿਸਪੋਂਸ, ਮਤਲਬ ਕਿ ਆਪਣਾ ਵਧੀਆ ਚੱਲੀ ਜਾਂਦਾ ਜੀ। ਕਹਿੰਦੇ ਪਹਿਲੇ ਦਿਨ ਦੀ ਕਮਾਈ ਕਹਿੰਦੀ ਸੀ ਆਪਣੀ, ਪਹਿਲੇ ਦਿਨ ਦੀ ਹੋਊਗੀ ਸੇਲ ਜੀ ਮਿਨੀਮਮ 35-4 ਹਜ਼ਾਰ ਹੀ। ਅੱਛਾ, ਅੱਜ ਦੇ ਦਿਨ ਦੀ ਕਹਿੰਦੀ ਸੇਲ ਆ? ਮਤਲਬ ਕਿ ਹੁਣ ਤਾਂ ਕਸਟਮਰ ਰਿਪੀਟ ਆਉਣ 'ਤੇ ਆਈ, ਮਤਲਬ ਕਿ ਆਪਣਾ ਸਾਰਾ ਕਸਟਮਰ ਰਿਪੀਟ ਹੋ ਗਿਆ ਹੁਣ ਜਿੰਨਾ ਵੀ ਹੈਗਾ ਹੈ ਨਾ, ਸੈੱਟ ਆ ਕੰਮ ਸੈੱਟ ਆ ਹੋਣਾ? ਹਾਂ ਠੀਕ ਹੈ ਜੀ, ਪਹਿਲਾਂ ਮਤਲਬ ਕਿ ਆਪਣੀ ਫੀਲਿੰਗ ਓਕੇ ਆਈ, ਕੋਈ ਦਿੱਕਤ? ਅੱਛਾ, ਵੀ ਜਾਣ ਕੇ ਖੁਸ਼ ਹੋ, ਕੋਈ ਪਛਤਾਵਾ ਤਾਂ ਨਹੀਂ ਹੈਗਾ ਡੋਮੀਨੋਜ਼ ਮੈਨੇਜਰ ਦੀ ਨੌਕਰੀ ਛੱਡਣ ਦਾ? ਨਹੀਂ ਕੋਈ ਪਛਤਾਵਾ ਨਹੀਂ ਹੈਗਾ ਜੀ। ਡੋਮੀਨੋਜ਼ ਵਾਲਿਆਂ ਨੇ ਨਹੀਂ ਕਿਹਾ ਵੀ ਭਾਈ ਤੂੰ ਆਪਦੀ ਜਿਗਾੜ ਸੈੱਟ ਕਰਕੇ ਬਹਿ ਗਿਆ? ਨਾ ਨਾ ਜੀ। ਅੱਛਾ, ਕਿਉਂਕਿ ਸਰਨਾ ਨਹੀਂ ਸੀ ਨਾ ਜੀ, ਅੱਗੇ ਮੈਰਿਜ ਵਗੈਰਾ ਹੋਣੀ ਹੈ, ਅੱਗੇ 100 ਕੰਮ ਨੇ ਜੀ ਹੈ ਨਾ, 15-20 ਹਜ਼ਾਰ 'ਚ ਗੁਜ਼ਾਰਾ ਨਹੀਂ ਹੋਣਾ ਸੀ ਹੈ ਨਾ, ਅਤੇ ਮੈਂ ਸੋਚਿਆ ਵੀ ਸਾਰਿਆਂ ਨਾਲ ਯੂਨੀਕ ਜਿਹਾ ਕੰਮ ਕੀਤਾ ਜਾਵੇ, ਫੂਡ ਵੈਨ ਤਾਂ ਹੋਰ ਵੀ ਬਥੇਰੀਆਂ, ਪਰ ਮੈਂ ਲੱਗ ਜਾ ਦਿਮਾਗ ਲਾਇਆ ਵੀ ਇਵੇਂ ਦਾ ਬਣਵਾਇਆ ਜਾਵੇ ਹੈ ਨਾ। ਅੱਛਾ, ਇੱਕ ਮੈਂ ਥੋੜ੍ਹਾ ਟਰੱਕ ਦੇਖਿਆ ਕਿ ਜਿਵੇਂ ਕਿ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਇਹ ਐਂ ਲੱਗਦਾ ਕਿਵੇਂ ਉਹ ਰੋਂਗ ਟਰਨ ਨਾਲ ਨਹੀਂ ਚੱਕ ਕੇ ਲਿਜਾਂਦੇ ਹੁੰਦੇ ਬੰਦਿਆਂ ਨੂੰ ਵਿੱਚ ਪਾ ਕੇ ਹੋਇਆ ਜਾਂਦਾ, ਗੱਡੀਆਂ ਵਾਂਗੂ ਮੋਡੀਫਾਈ ਕਰਵਾਇਆ ਸਾਰਾ ਪੁਰਾਣਾ ਹੈ ਨਾ? ਜੀ ਜੀ। ਅੱਛਾ, ਮੋਡੀਫਾਈ ਕਿਹਦੋਂ ਕਰਾਇਆ? ਇਹ ਮੋਡੀਫਾਈ ਆਪਣੇ ਰਿਸ਼ਤੇਦਾਰ ਹੀ ਨੇ ਜੀ ਪਟਿਆਲੇ, ਬਾਬਾ ਫੂਡ ਵੈਨਸ ਨੇ। ਅੱਛਾ ਭਾਈ, ਹੀਰਾਬਾਗ ਜੀ, ਉਹ ਤਿਆਰ ਕਰਦੇ ਨੇ ਸਾਰੀਆਂ ਬੱਸਾਂ ਟਰੱਕਾਂ ਜਿੰਨੇ ਵੀ ਨੇ,
ਤੇ ਉਦਾਂ ਵਿੰਟਰ ਦੇ ਵਿੱਚ ਆਪਣੇ ਕੋਲ ਕੌਫੀ ਹੁੰਦੀ ਹੈ ਹੌਟ ਕੌਫੀ ਤੇ ਹਲੇ ਕੋਲਡ ਕੌਫੀ ਸ਼ੇਕ ਵਗੈਰਾ ਸਟਾਰਟ ਕਰਨੇ ਨੇ ਜੀ। ਤੇ ਉਰੇ ਇਕੱਲੀ ਕੰਮ ਕਰਦੇ ਹੋ ਜਾਂ ਨਾਲ ਕੋਈ ਹੋਰ ਆਪਣੇ ਕੰਮ ਕਰਨ ਵਾਲਾ ਕੋਈ ਹੈਲਪਰ ਵੀ ਰੱਖਿਆ ਹੋਵੇ? ਨਹੀਂ, ਮੇਰਾ ਨਾਲ ਭਾਈ ਹੁੰਦਾ ਜੀ, ਉਹ ਸਟੱਡੀ ਕਰੀ ਜਾਂਦਾ, ਆਈਲੈਟਸ ਕਰੀ ਜਾਂਦਾ ਜੀ ਉਹ, ਕਦੇ ਕਦੇ ਫ੍ਰੀ ਹੁੰਦਾ ਤਾਂ ਇੱਥੇ ਆ ਜਾਂਦਾ ਜੀ। ਇੱਕ ਮੈਂ ਹੋਰ ਦੇਖਿਆ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਸਫਾਈ ਦਾ ਧਿਆਨ ਬਹੁਤ ਰੱਖ ਰਹੇ ਰੋਹਿਤ ਬਾਈ, ਜਿਵੇਂ ਕਿ ਦਰਸ਼ਕੋ ਤੁਸੀਂ ਵੀ ਦੇਖ ਰਹੇ ਹੋ ਕਿ ਬਾਈ ਦਾ ਸਫਾਈ ਦਾ ਯਾਨੀ ਕਿ ਧਿਆਨ ਬਹੁਤ ਹੈ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ। ਅੱਛਾ, ਇੱਕ ਹੋਰ ਆ, ਓਲਾ ਕਾਸ ਦਾ ਨਹੀਂ ਹੈਗਾ, ਜਿਵੇਂ ਕਹਿੰਦੇ ਨੇ ਕਿ ਆਪਣੇ ਪੁਰਾਣੇ ਕਿਹਾ ਕਰਦੇ, ਹੁਣ ਵੀ ਅੱਜ ਕੱਲ੍ਹ ਵੀ ਕਹਾਵਤ ਮਸ਼ਹੂਰ ਹੈ ਕਿ ਜਦੋਂ ਕੋਈ ਤੁਸੀਂ ਚੀਜ਼ ਬਣਦੀ ਦੇਖਦੇ ਹੋ ਨਾ ਵੀ ਉਹ ਜਾਕਰ ਤੁਸੀਂ ਉਸ ਨੂੰ ਬਣਦੀ ਦੇਖੋ ਤਾਂ ਖਾਣੀ ਮੁਸ਼ਕਲ ਹੋ ਜਾਂਦੀ ਹੈ, ਪਰ ਸਾਹਮਣੇ ਬਣਾਉਂਦਾ ਬਾਈ ਯਾਨੀ ਕਿ ਸਾਰਾ ਸਿਸਟਮ ਹੈ ਕਿਹੜਾ, ਯਾਨੀ ਕਿ ਮੈਂ ਗੱਲ ਕਰ ਰਿਹਾ ਡਬਲ ਰੋਟੀਆਂ ਬ੍ਰੈਡਾਂ ਦੀ ਯਾਨੀ ਕਿ ਗੱਲ ਮਸ਼ਹੂਰ ਹੈ ਇਹ ਕਿ ਤੁਸੀਂ ਇਹਨੂੰ ਬਣਦੀ ਨਹੀਂ ਦੇਖ ਸਕਦੇ, ਇੰਨੀ ਗਲਿਆਣ ਆਉਂਦੀ ਹੈ ਜਿੱਥੇ ਮਤਲਬ ਬਣਾਉਂਦੇ ਨੇ, ਪਰ ਇਹ ਬਾਈ ਦਾ ਹੈਗਾ ਸਾਰਾ ਸਾਹਮਣੇ ਸਿਸਟਮ ਹੈ, ਸਫਾਈ ਦਾ ਬਹੁਤ ਜ਼ਿਆਦਾ ਬਾਈ ਧਿਆਨ ਰੱਖਦਾ। ਦੇਖੋ ਮੱਖੀ ਵੀ ਨਹੀਂ ਦੇਖਦੀ ਹੈਗੀ ਬਾਈ ਦੀ ਪੂਰੇ ਫੂਡ ਟਰੱਕ ਦੇ ਵਿੱਚ। ਅੱਛਾ ਰੋਹਿਤ ਬਾਈ, ਹੁਣ ਅਗਰ ਆਪਾਂ ਗੱਲ ਕਰੀਏ ਰੇਟ ਕਿਵੇਂ ਦੇ ਨੇ, ਕਿਤੇ ਐਂ ਤਾਂ ਨਹੀਂ ਹੈਗਾ ਫੂਡ ਮੈਨ ਬਾਹਰ ਖੜੇ ਹੋ ਤਿਆਰ ਕਰਾਈ ਅਲੱਗ ਜਿਹਾ ਇੱਕ ਆਈਡੀਆ ਵੀ ਕੋਈ ਰੇਟ ਰੂਟ ਜ਼ਿਆਦਾ ਤਾਂ ਨਹੀਂ ਭਾਈ? ਰੇਟ ਬਿਲਕੁਲ ਜੈਨੂਨ ਨੇ ਜੀ, ਹੈ ਨਾ, 10-20 ਰੁਪਏ ਚੀਜ਼ ਮਹਿੰਗੀ ਹੈ, 10-5 ਰੁਪਏ ਪਰ ਚੀਜ਼ ਦੀ ਕੁਆਲਿਟੀ ਹੈ ਨਾ ਜੀ, 5-10 ਰੁਪਏ ਦੁੱਖਦੇ ਨਹੀਂ ਹੈਗੇ ਬੰਦੇ ਨੂੰ ਜੇ ਚੀਜ਼ ਅੱਛੀ ਮਿਲੇ, ਹੈ ਨਾ। ਅੱਛਾ, 5-10 ਰੁਪਏ ਚੀਜ਼ ਜ਼ਰੂਰ ਮਹਿੰਗੀ ਹੈ ਜੀ, ਹਰੇਕ ਨਾਲ ਆਪਾਂ ਕਹਿ ਕੇ ਲੈਂਦੇ ਭਾਈ, ਬਰਗਰ 30 ਦਾ ਵੀ ਮਿਲ ਜਾਂਦਾ, 20 ਦਾ ਵੀ ਮਿਲ ਜਾਂਦਾ, 25 ਦਾ ਵੀ ਮਿਲ ਜਾਂਦਾ, ਪਰ ਆਪਣਾ ਬਰਗਰ 40 ਦਾ, ਪਰ ਮੈਕੜੀ ਨਾਲੋਂ ਵੀ ਵਧੀਆ ਜੀ, ਹੈ ਨਾ। ਅੱਛਾ, ਪੈਸੇ ਠੋਕ ਕੇ ਲੈਣਾ, ਸਵਾਦ ਵੀ ਫਿਰ ਅਗਲਾ ਵੀ ਉਨੀ ਕਹਿੰਦਾ ਵੀ ਹਾਂ ਬਾਈ ਹੈ ਗੱਲਬਾਤ, ਹੈ ਨਾ। ਅੱਛਾ ਰੋਹਿਤ ਬਾਈ, ਇੱਕ ਸਹੀ ਸਹੀ ਕਿਹੜੀ ਲੋਕੇਸ਼ਨ ਹੈ ਜਿੱਥੇ ਤੁਸੀਂ ਹੁਣ ਖੜੇ ਹੋ? ਇਹ ਭਾਜੀ ਪਟਿਆਲੇ ਤੋਂ ਜਦੋਂ ਆਪਾਂ ਸੰਗਰੂਰ ਨੂੰ ਜਾਂਦੇ ਹਾਂ ਤਾਂ ਇੱਥੋਂ 13-14 ਕਿਲੋਮੀਟਰ ਤੇ ਰਾਈਟ ਲੈਫਟ ਹੈਂਡ ਤੇ ਪੰਪ ਆਉਂਦਾ HP ਦਾ, ਆਪਾਂ ਉੱਥੇ ਖੜਦੇ ਹਾਂ ਜੀ। ਅੱਛਾ, ਹੁਣ ਤੁਸੀਂ HP ਦੇ ਇਸ ਪੰਪ ਦੇ ਉੱਪਰ ਖੜਨ ਲੱਗ ਗਏ, ਹੈ ਨਾ, ਇਹ ਫਿਰ ਪੰਪ ਵਾਲਿਆਂ ਤੋਂ ਪੁੱਛਿਆ ਹੋਊਗਾ ਭਾਈ ਹੁਣ ਮੈਂ ਖੜ ਜਾ ਕਰਾ ਉਰੇ? ਨਹੀਂ, ਇਹਨੇ ਮੈਨੂੰ ਆਪੇ ਬੁਲਾਇਆ ਸੀ ਕਿ ਤੁਸੀਂ ਇੱਥੇ ਆ ਜਾਓ। ਅੱਛਾ, ਵਧੀਆ ਬੰਦੇ ਨੇ। ਹਾਂਜੀ ਹਾਂਜੀ, ਇਹ ਕਹਿੰਦੇ ਤੁਸੀਂ ਇੱਥੇ ਲੋਕੇਸ਼ਨ ਤੇ ਲਾ ਲਿਆ ਕਰੋ। ਅੱਛਾ, ਤਾਂ ਬਾਈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇਹ ਆਪਣਾ ਰੋਹਿਤ ਬਾਈ ਹੈ, ਇਹ ਵੀਡੀਓ ਇੱਕ ਮੋਟੀਵੇਟ ਵੀਡੀਓ ਸੀ ਵੀ ਤੁਹਾਨੂੰ ਦੱਸਿਆ ਜਾਵੇ ਇੱਕ ਡੋਮੀਨੋਜ਼ ਦੇ ਵਿੱਚੋਂ ਮੈਨੇਜਰ ਦੀ ਨੌਕਰੀ ਨੂੰ ਬੰਦਾ ਛੱਡ ਕੇ ਆਉਂਦਾ ਤੇ ਫੂਡ ਟਰੱਕ ਬਾਈ ਨੇ ਆਪਦਾ ਸੈੱਟ ਕਰਿਆ ਹੋਇਆ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ। ਜਦੋਂ ਵੀ ਤੁਸੀਂ ਕਦੇ ਪਟਿਆਲੇ ਤੋਂ ਜਾਓ ਸੰਗਰੂਰ ਵੱਲ ਨੂੰ ਜਾਓ ਤਾਂ ਬਾਈ ਕੋਲੇ ਜ਼ਰੂਰ ਰੁੱਕ ਕੇ ਜਾਇਓ, ਕਦੋਂ ਨਹਿਰ ਟੱਪੋਗੇ ਤਾਂ HP ਦਾ ਪੰਪ ਆਊਗਾ ਬਾਈ, HP ਦਾ ਪੰਪ ਆਊਗਾ ਸਾਹਮਣੇ ਤੁਹਾਨੂੰ, ਇਹ ਬਾਈ ਆਪਣਾ ਰੋਹਿਤ ਦਾ ਖੜਾ ਦਿਖ ਜੂਗਾ, ਇਹ ਹਾਈਵੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ। ਤਾਂ ਇਹ ਸੀ ਇੱਕ ਛੋਟੀ ਜਿਹੀ ਵੀਡੀਓ, ਧੰਨਵਾਦ, ਰੱਬ ਰੱਖਾ।